ਗੁਰਮੰਤਰ ਹੀਣਸ ਜੋ ਪ੍ਰਾਣੀ। ਸਤਿਗੁਰੂ ਜੀ ਜੇ ਸੱਚੇ ਪਾਤਸ਼ਾਹ ਦਾ ਨਾਮ ਨਾ ਜਪੀਏ, ਅੰਮ੍ਰਿਤ ਨਾ ਛਕੀਏ, ਰਹਿਤ ਨਾ ਰੱਖੀਏ, ਫਿਰ ਕੀ ਘਾਟਾ ਹੈ ਗੁਰਮੰਤਰ ਨਾ ਲਈਏ? ਤਾਂ ਹਜ਼ੂਰ ਫਰਮਾਉਂਦੇ ਹਨ, ਸੁਣੋ, ਗੁਰਮੰਤਰ ਹੀਣਸ ਜੋ ਪ੍ਰਾਣੀ। ਇਹ ਭਾਈ ਜਿਹੜੇ ਗੁਰੂ ਸਾਹਿਬ ਦੇ ਮੰਤਰ ਤੋਂ ਹੀਣਸ ਹੀਣੇ ਅਸ ਹੈ, ਜੋ ਗੁਰੂ ਸਾਹਿਬ ਦੇ ਮੰਤਰ ਨੂੰ ਉਪਦੇਸ਼ ਨੂੰ ਪੰਜਾਂ ਪਿਆਰਿਆਂ ਤੋਂ ਨਹੀਂ ਲੈ ਸਕਦੇ ਹਨ। ਗੁਰੂ ਸਾਹਿਬ ਨੇ ਕਿਹਾ ਸਿੱਖ ਪੰਚਨਵੇਂ ਮੇਰੋ ਵਾਸਾ, ਗੁਰਮਤਿ ਦਾ ਅਸੂਲ ਕਲਗੀ ਧਰਨ ਹੈ। ਐਸਾ ਕੰਮ ਕੀਤਾ, ਪੰਜਾਂ ਸਿੰਘਾਂ ਦੇ ਸੀਸ ਲੈ ਕੇ ਉਹਨਾਂ ਨੂੰ ਅੰਮ੍ਰਿਤ ਸੱਚੇ ਪਾਤਸ਼ਾਹ ਨੇ ਆਪ ਛਕਾ ਕੇ ਅਮਰ ਕੀਤਾ। ਅਮਰ ਕਰਕੇ ਅਮਰ ਛਕਾ ਕੇ ਹਜ਼ੂਰ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਤੁਸੀਂ ਭਾਈ ਗੁਰੂ ਕਾ ਖਾਲਸਾ ਹੋਏ ਹੋ, ਵਾਹਿਗੁਰੂ ਕਾ ਖਾਲਸਾ ਹੋਏ ਹੋ, ਹੁਣ ਸਾਨੂੰ ਵੀ ਅੰਮ੍ਰਿਤ ਦਿਓ। ਸੰਗਤ ਜਿੰਨੇ ਸਿੰਘ ਸੀ ਸਭ ਹੈਰਾਨ ਹੋ ਗਏ। ਕਹਿੰਦੇ, ਮਹਾਰਾਜ ਆਪ ਅਵਨਾਸੀ, ਅਸੀਂ ਜੂਨਾਂ 'ਚ ਭਰਮਣ ਵਾਲੇ, ਅਤੇ ਤੁਸੀਂ ਤੁਹਾਨੂੰ ਅਸੀਂ ਅੰਮ੍ਰਿਤ ਦੇ ਸਕਦੇ ਹੋ? ਦੇ ਹਾਂ, ਤੁਸੀਂ ਤਾਂ ਦਾਤੇ ਹੋਏ ਮਹਾਰਾਜ, ਇਹ ਗੱਲ ਕਿਵੇਂ ਬਣ ਸਕਦੀ ਹੈ? ਹਜ਼ੂਰ ਨੇ ਕਿਹਾ, ਨਹੀਂ ਭਾਈ, ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੀ ਇਵੇਂ ਹੈ। ਅਸੀਂ ਹੁਣ ਖਾਲਸਾ ਗੁਰੂ ਅਤੇ ਗੁਰੂ ਖਾਲਸਾ ਬਣਾਉਣਾ ਹੈ। ਇਹ ਜਦੋਂ ਬਚਨ ਕਹੇ, ਸਿੰਘ ਬਸਮਾਦ ਹੋ ਕੇ, ਚੰਗਾ ਮਹਾਰਾਜ ਆਪਦੀ ਮਰਜ਼ੀ ਹੈ, ਆਪ ਦਾ ਸਮਰੱਥ ਹੋ, ਆਗਿਆ ਅਸੀਂ ਮੰਨਦੇ ਹਾਂ। ਉਸ ਵੇਲੇ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਹੱਥ ਜੋੜ ਕੇ ਖੜ੍ਹਨ ਤੋਂ ਸਿੱਖਾਂ ਨੂੰ ਪੰਜਾਂ ਨੂੰ ਸਿਰ ਜਿਨ੍ਹਾਂ ਦਿੱਤੇ ਸੀ, ਸਤਿਗੁਰੂ ਨੂੰ ਕਿਹਾ ਸਰਬੰਸ ਦਾਨ ਦਿਆਂਗੇ ਅੰਮ੍ਰਿਤ ਦੇ ਉੱਤੋਂ ਦੀ। ਇਹ ਬਚਨ ਕੀਤੇ, ਸਰਬੰਸ ਵਾਰੀ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੇ ਉੱਤੋਂ। ਤਾਂ ਹੀ ਕਿਹਾ, ਮਾਤਾ ਜੀ ਨੇ ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲਾਖ ਹਜ਼ਾਰ। ਉਹ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਦੇ ਗਾ ਕੇ ਕਲਗੀ ਧਰ ਜੀ ਹੱਥ ਜੋੜ ਕੇ ਖੜੇ ਹੈ। ਪੰਜਾਂ ਸਿੰਘਾਂ ਨੇ ਅੰਮ੍ਰਿਤ ਤਿਆਰ ਕਰਕੇ ਸਤਿਗੁਰੂ ਜੀ ਨੇ ਜਦੋਂ ਛਕਾਇਆ, ਸਾਰੀ ਸੰਗਤ ਹੈਰਾਨ ਹੋ ਗਈ। ਸਾਧ ਸਿੰਘ ਜੀ, ਭਾਈ ਭੱਗੂ ਨੇ ਲਿਖਿਆ ਕਿ 80,000 ਆਦਮੀ ਖੜਾ ਹੋ ਗਿਆ ਕਿ ਮਹਾਰਾਜ ਸਾਨੂੰ ਵੀ ਅੰਮ੍ਰਿਤ ਦਿਓ, ਸਾਡੇ ਵੀ ਸਿਰ ਲਾਓ। ਉਸ ਵੇਲੇ ਮਹਾਰਾਜ ਨੇ ਕਿਹਾ, ਭਾਈ ਸਾਰਿਆਂ ਨੂੰ ਅੰਮ੍ਰਿਤ ਦੀ ਲਾਤ ਮਿਲੇਗੀ। ਅਤੇ ਔਰੰਗਜ਼ੇਬ ਦੇ ਪਾਸ ਉਸ ਵੇਲੇ ਦੇ ਸੂਈਆਂ ਨੇ, ਜਿਹੜੇ ਖੁਫੀਆ ਪੁਲਿਸ ਦੇ ਆਦਮੀ ਸੀ, ਉਹਨਾਂ ਨੇ 20,000 ਜਾਤ ਪਾਤ ਛੱਡ ਕੇ ਸਿੱਖ ਬਣ ਗਿਆ ਇਹ ਰਿਪੋਰਟ ਦਿੱਤੀ ਸੀ। ਇਹੋ ਜਿਹਾ ਅਸਰ ਪਿਆ ਗੁਰੂ ਸਾਹਿਬ ਦੇ ਆਪ ਅੰਮ੍ਰਿਤ ਪਾਨ ਕਰਨ ਤੋਂ। ਸਾਹਿਬ ਸੁਣੇ ਜੀ, ਫਿਰ ਚਾਰ ਸਾਹਿਬਜ਼ਾਦੇ ਅਤੇ ਮਾਤਾ ਕਦੇ ਪਿੱਛੇ ਰਹਿ ਸਕਦੀਆਂ ਸਨ? ਸਾਰਿਆਂ ਨੂੰ ਅੰਮ੍ਰਿਤ ਦੀ ਦਾਤ, ਅਤੇ ਨਰ ਮਨੁੱਖਾਂ ਨੂੰ, ਇਹ ਇਸਤਰੀਆਂ ਅਤੇ ਪੁਰਸ਼ਾਂ ਨੂੰ ਇੱਕੋ ਜਿਹੇ ਖਜ਼ਾਨੇ ਦੀ ਵੰਡ ਕੀਤੀ ਸੱਚੇ ਪਾਤਸ਼ਾਹ ਨੇ। ਸਾਧ ਸੰਗਤ ਜੀ, ਉਹ ਅੰਮ੍ਰਿਤ ਦਾ ਵਾਟਾ ਗੁਰਪੁਰਬ ਵਾਲੇ ਦਿਨ ਵੀ ਤਿਆਰ ਕੀਤਾ ਸੀ, ਦੂਸਰੇ ਦਿਨ ਵੀ ਤਿਆਰ ਹੋਇਆ ਸੀ, ਤੀਜੇ ਦਿਨ ਵੀ ਤਿਆਰ ਹੋਇਆ ਸੀ, ਹੁਣ ਬੁੱਧਵਾਰ ਵਾਲੇ ਦਿਨ ਕਈ ਪ੍ਰੇਮੀਆਂ ਨੂੰ ਕਿਹਾ ਹੈ, ਬੁੱਧਵਾਰ ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋਵੇਗਾ। ਭਾਗਾਂ ਵਾਲੇ ਜਿਹਨਾਂ ਛਕਣਾ, ਗੁਰੂ ਕੇ ਜਹਾਜ਼ 'ਤੇ ਚੜ੍ਹ ਕੇ ਆਪਣੇ ਜੀਵਨ ਮੁਕਤੀ ਆਨੰਦ ਮਾਣੋ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਫਰਮਾਉਂਦੇ ਹਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਉਹ ਗੁਰਮੰਤਰ ਦਾ ਤਰੀਕਾ ਇਹ ਬਣਾ ਦਿੱਤਾ ਮਹਾਰਾਜ ਨੇ, ਜਿਵੇਂ ਪੰਜਾਂ ਪਿਆਰਿਆਂ ਨੂੰ ਆਪ ਦਿੱਤਾ ਸੀ, ਉਵੇਂ ਪੰਜਾਂ ਤੋਂ ਹੱਥ ਜੋੜ ਕੇ ਆਪ ਲਿਆ। ਇਹ ਆ ਗੁਰਦੀਖਿਆ ਦੀ ਮਰਿਆਦਾ ਗੁਰੂ ਘਰ ਦੀ। ਇਸ ਪ੍ਰਕਾਰ ਸਾਧ ਸੰਗਤ ਜੀ, ਜੋ ਮਰਿਆਦਾ ਕਰਨਗੀ ਕਰਨ ਆਪ ਕਾਇਮ ਕਰਤੀ, ਮੋਹਰ ਛਾਪ ਲਾ ਤੀ, ਉਹ ਆਪਾਂ ਨੂੰ ਸਿਰ ਝੁਕਾ ਕੇ ਸਾਰਿਆਂ ਨੂੰ ਸਤਿ ਕਰਕੇ ਮੰਨਣੀ ਚਾਹੀਦੀ। ਗੁਰੂ ਧਾਰਨ ਦਾ ਇਹੋ ਤਰੀਕਾ ਮਹਾਰਾਜ ਨੇ ਬਣਾ ਦਿੱਤਾ ਹੈ। ਨਿਗੁਰੇ ਪੁਣੇ ਦੀ ਝੂਠ ਲਾਉਣ ਦਾ ਇਹੋ ਹੀ ਸੱਚੇ ਪਾਤਸ਼ਾਹ ਜੀ ਨੇ ਪ੍ਰੋਗਰਾਮ ਬਣਾ ਦਿੱਤਾ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਨੇ ਉਸਦਾ ਚਿਹਰਾ, ਇਹ ਮਰਜ਼ਾਦਾ ਗੁਰੂ ਸਾਹਿਬ ਨੂੰ ਸਥਾਪਨ ਕੀਤੀ ਹੋਈ ਹੈ। ਸੋ ਇਸ ਪ੍ਰਕਾਰ ਗੁਰਮੰਤਰ ਦੀ ਪ੍ਰਾਪਤੀ ਦੀ ਮਰਜ਼ਾਦਾ ਗੁਰੂ ਸਾਹਿਬ ਨੇ ਕਾਇਮ ਕੀਤੀ ਹੈ। ਉਸ ਦੁਆਰਾ ਹਜ਼ੂਰ ਫਰਮਾਉਂਦੇ ਹਨ ਪੰਚਵੇਂ ਸਰੂਪ 'ਚ, ਗੁਰਮੰਤਰ ਹੀਣਸ ਜੋ ਪ੍ਰਾਣੀ। ਜਿਹੜਾ ਭਾਈ ਗੁਰਮੰਤਰ ਤੋਂ ਹੀਣਸ ਹੀਣਾ ਹੈ, ਅਸ ਹੈ, ਗੁਰਮੰਤਰ ਨੂੰ ਨਹੀਂ ਪ੍ਰਾਪਤ ਕਰਦਾ ਪ੍ਰਾਣਾ ਧਾਰੀ ਜੀਵ। ਜਗੰਤ ਜਨਮ ਪ੍ਰਾਸ਼ਨ ਹੈ, ਸਰਕਾਰ ਹੈ ਉਸ ਪੁਰਖ ਦਾ ਜਨਮ ਧਾਰਿਆ ਹੋਇਆ। ਅਤੇ 100 ਵਾਰੀ ਫਿਟੇ ਮੁੱਕੀ ਇੱਕ ਲਾਣਤ ਹੁੰਦੀ ਹੈ, 100 ਵਾਰੀ ਲਾਣਤ ਕਹੀਏ ਤਾਂ ਧਿਰਗ ਹੁੰਦਾ ਹੈ, ਅਤਿਅੰਤ ਉਹਦਾ ਤਰਕਾਰ ਹੈ। ਜਨਮ ਪ੍ਰਾਸ਼ਨ ਹੈ, ਉਹਨ ਜਨਮ ਵਿਕਾਰਾਂ 'ਚ ਪਾ ਕੇ, ਔਗਣਾਂ 'ਚ ਪਾ ਕੇ ਉਹਦਾ ਭ੍ਰਿਸ਼ਟ ਕਰ ਲਿਆ, ਵਿਗਾੜ ਲਿਆ ਹੈ। ਚੂਕਰ ਹੈ, ਗਰਦਬ ਹੈ, ਕੱਕ ਹੈ। ਉਹ ਤਾਂ ਬਈ ਕੁੱਤਿਆਂ ਦੀ ਜੂਨ 'ਚ ਪੈਂਦਾ ਫਿਰੇਗਾ ਜੋ ਗੁਰਮੰਤਰ ਤੋਂ ਹੀਣਾ ਹੈ। ਉਹ ਤਾਂ ਸਾਹਿਬ ਸੰਗਤ ਜੀ, ਕੂਕਰ ਹੈ, ਸੂਕਰ ਹੈ, ਸੂਰ ਦੀਆਂ ਜੂਨਾਂ 'ਚ ਪਵੇਗਾ। ਅੱਗੇ ਗਰਦਬ ਹੈ, ਕੱਕ ਹੈ, ਗਲੇ ਦੀਆਂ ਜੂਨਾਂ ਪੈ ਕੇ ਆਵੇ ਢੋਂਦਾ ਰਹੇਗਾ, ਛੱਟਾਂ ਹੀ ਚੱਕਦਾ ਰਹੇਗਾ।
ਕਾਕਾ ਹੈ ਕਾਵਾਂ ਦੀਆਂ ਜੂਨਾਂ ਚ ਪੈ ਕੇ ਬਿਸ਼ਕਾ ਹੀ ਫਰੋਲਦਾ ਰਹੇਗਾ ਸਰਪਨ ਹੈ ਤੁਲ ਖਲ ਹੈ ਅਤੇ ਸਭ ਬਣ ਕੇ ਲੋਕਾਂ ਨੂੰ ਡੰਗ ਜ਼ਹਿਰ ਹੀ ਚਾੜਦਾ ਰਹੇਗਾ ਇਸ ਪ੍ਰਕਾਰ ਦਾ ਤੁਲ ਖਲ ਹੈ ਖਲ ਮੂਰਖ ਆਦਮੀ ਇਹਨਾਂ ਦੇ ਤੁਲ ਹੈ ਇਹੋ ਜਿਹਾ ਪੁਰਖ ਹੈ ਜਿਹੜਾ ਭਈ ਮਹਾਰਾਜ ਦਾ ਗੁਰਮੰਤਰ ਨਹੀਂ ਕਵਾਉਂਦਾ ਮਹਾਰਾਜ ਸਾਹਿਬ ਦੀ ਸਿੱਖਿਆ ਨੂੰ ਪ੍ਰਾਪਤ ਨਹੀਂ ਕਰਦਾ ਆਪਣੇ ਜੀਵਨ ਨੂੰ ਵਿਅਰਥ ਗੁਆਈ ਜਾਂਦਾ ਹੈ ਬਲਕਿ ਇਹਨਾਂ ਤੋਂ ਵੀ ਉਹ ਮਾੜਾ ਹੈ ਇਹਨਾਂ ਜੂਨਾਂ ਨੂੰ ਉਹ ਪ੍ਰਾਪਤ ਹੋਵੇਗਾ ਇਸ ਗੁਰ ਤੇ ਮੂੰਹ ਫੇਰੇ ਤੰਜੋਨ ਘੁਵਾਈਏ ਬੰਧਨ ਬੰਧਿਆ ਆਈਏ ਜਾਈਏ ਇਹ ਹਾਲਤ ਹੁੰਦੀ ਹੈ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ ਕੂਕਰਾ ਹੈ ਕੁੱਤਾ ਜਿਸਦੀ ਰੋਟੀ ਖਾਂਦਾ ਉਹਦੇ ਬੂਹੇ ਤੇ ਪਹਿਰਾ ਦਿੰਦਾ ਹੈ ਅਤੇ ਬਾਹਰ ਨਹੀਂ ਛੱਡ ਕੇ ਜਾਂਦਾ ਘੂਰਿਆ ਹੋਇਆ ਫੇਰ ਆ ਜਾਂਦਾ ਹੈ ਇਹ ਕੁੱਤੇ ਚ ਸੁਭਾਅ ਹੈ ਆਦਰੀ ਨਿਰਾਦਰ ਦਾ ਪ੍ਰਵਾਹ ਨਹੀਂ ਕਰਦਾ ਹੈ ਕੁੱਤਾ ਸਵਾਮੀ ਦੇ ਘਰ ਦਾ ਪਹਿਰਾ ਦਿੰਦਾ ਹੈ ਖਾ ਕੇ ਅਸੀਂ ਵਾਹਿਗੁਰੂ ਦੇ ਉੱਤੇ ਪਦਾਰਥ ਖਾ ਕੇ ਉਸ ਤੋਂ ਬੇਮੁਖ ਹੋਏ ਤੁਰੇ ਫਿਰਦੇ ਹਾਂ ਸ਼ੁਕਰਾ ਸੂਰ ਦੇ ਵਿੱਚ ਵੀ ਗੁਣ ਹੈ ਕਬੀਰ ਸਾਕਤ ਸ਼ੁਕਰ ਭਲਾ ਰਾਖੇ ਆਛਾ ਗਾਉਂ ਉਹ ਸਾਗਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾ ਸੂਰ ਵੀ ਕਹਿੰਦੇ ਨਿਆਈ ਸਾਫ਼ ਕਰਦਾ ਸੀ ਬੇਸਭਾਈ ਰਹਿ ਜਾਂਦੀ ਹੈ ਇਹ ਸੂਰਾਂ ਤੋਂ ਬਿਨਾਂ ਇਸ ਪ੍ਰਕਾਰ ਸੂਰ 'ਚ ਵੀ ਇਹ ਗੁਣ ਹੈ ਕਿ ਸੰਸੰਗ ਦੀ ਸਫਾਈ ਕਰਨ ਵਾਸਤੇ ਸੂਰ 'ਚ ਭੇਡਾਂ ਆਦਿਕ ਜਿਹੜੇ ਹਨ ਇਹ ਵੀ ਜੂਨਾ ਉਦੋਂ ਸਾਧਕ ਆਦਮੀ ਨਿਗੋਦੇ ਨਾਲ ਚੰਗੀਆਂ ਹਨ ਗਧੇ ਦਾ ਸੁਭਾਅ ਜਿਹੜਾ ਹੈ ਸੰਤੋਖੀ ਚਾਰਾ ਜਿਹੜੇ ਨੀਤੀ 6 ਗੁਣ ਦੱਸੇ ਹੋਏ ਹੈ ਇਸ ਪ੍ਰਕਾਰ ਗਧੇ ਦਾ ਸੁਭਾਅ ਹੈ ਸੰਖ ਵਾਂਗੂ ਬੋਲਦਾ ਹੈ ਆਵਾਜ਼ ਸੋਹਣੀ ਦਿੰਦਾ ਹੈ ਇਸੇ ਪ੍ਰਕਾਰ ਉਹ ਗਧੇ ਨਾਲੋਂ ਵੀ ਪੁਰਖ ਸਾਧ ਸੰਗਤ ਜੀ ਵਿਗੜਿਆ ਹੋਇਆ ਹੈ